ਸ਼ਰਾਬ ਪੀ ਕੇ ਕਈ ਲੋਕ ਜਿਹੜੇ ਉਹਦੇ 'ਚ ਮਰ ਗਏ। ਇਸ ਰੈਕਟ ਦੇ ਜਿੰਨੇ ਬੰਦੇ ਸੀ 10 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। 3 ਕੇਸਿਸ ਨੇ ਜਿਨ੍ਹਾਂ ਦੇ ਵਿੱਚ 302 ਧਾਰਾ ਦੇ ਤਹਿਤ ਪਰਚੇ ਦਰਜ ਹੋਏ ਨੇ। ਵੀਹ ਤਰੀਕ ਨੂੰ ਜਿਹੜੀ ਇੱਥੇ ਘਟਨਾ ਵਾਪਰੀ ਸੀ, ਸ਼ਰਾਬ ਪੀ ਕੇ ਕਈ ਲੋਕ ਜਿਹੜੇ ਉਹਦੇ 'ਚ ਮਰ ਗਏ, ਉਹਦੇ ਸੰਬੰਧ ਵਿੱਚ ਪੁਲਿਸ ਨੇ ਜਿਹੜਾ ਬਹੁਤ ਹੀ ਜਲਦੀ ਐਕਸ਼ਨ ਲੈ ਕੇ ਇਸ ਰੈਕਟ ਦੇ ਜਿੰਨੇ ਬੰਦੇ ਸੀ 10 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿਹਦੀ ਲੜੀ ਦੇ ਵਿੱਚ 2 ਅਕਿਊਜ਼ ਅੱਜ ਅਸੀਂ ਅਰੈਸਟ ਕੀਤੇ ਨੇ। ਇਹਦੇ ਵਿੱਚ ਇੱਕ ਹੈਗਾ ਮੰਗਲ ਸਿੰਘ ਅਤੇ ਇੱਕ ਵੀਰੂ ਸਿੰਘ। ਜਿੰਨੇ ਵੀ ਉੱਥੋਂ 17 ਬਾਕਸ ਸੇਲ ਹੋਏ ਸੀ, ਇਹ ਬੰਦੇ ਨੇ ਅੱਗੇ ਇਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਸੀ, ਉਹ 17 ਦੇ 17 ਹੀ ਅਕਾਊਂਟ ਫਾਰ ਹੋ ਗਏ ਨੇ, ਉਹ ਅਸੀਂ ਚੈੱਕ ਕਰ ਲਏ ਨੇ ਸਾਰੇ। ਇਹਦੇ ਵਿੱਚ ਪੁਲਿਸ ਵੱਲੋਂ ਕੁਇਕ ਐਕਸ਼ਨ ਲੈਣ 'ਤੇ ਜਿਹੜਾ ਇਹਨੇ ਆਪਣਾ ਮਟੀਰੀਅਲ ਲਿਆਂਦਾ ਸੀ ਮਥਨੋਲ, ਜਿਹਦੇ ਕੋਲ ਹੋਰ ਹੀ ਬੜੀ ਜ਼ਿਆਦਾ ਦਾਰੂ ਬਣ ਸਕਦੀ ਸੀ, ਉਹਦੇ ਨਾਲ ਹੋਰ ਵੀ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਸੀ, ਪਰ ਪੁਲਿਸ ਦੇ ਕੁਇਕ ਐਕਸ਼ਨ ਹੋਣ ਕਰਕੇ ਬੜੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਉਹਦੇ 'ਚ ਬਚ ਗਈਆਂ ਨੇ। ਕਿਉਂਕਿ ਇਹਦੀ ਪਹਿਲੀ ਇੰਸਟਾਲਮੈਂਟ ਸੀ ਇਸ ਬੰਦੇ ਦੀ, ਇਹਨੇ ਪਹਿਲੀ ਇਹਨੀ ਬਣਾ ਕੇ ਜਿਹੜੀ ਅੱਗੇ ਡਿਸਟ੍ਰੀਬਿਊਟ ਕੀਤੀ ਹੈ। ਇਹਦੇ 'ਚ ਮੈਂ ਪੁਲਿਸ ਦੇ ਕੰਮ ਨੂੰ ਜਿੱਥੇ ਐਪਰੀਸ਼ੀਏਟ ਕਰਨਾ, ਉੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਇਨਵੈਸਟੀਗੇਸ਼ਨ ਬਹੁਤ ਹੀ ਥੋਰਲੀ ਚੱਲ ਰਹੀ ਹੈ। 3 ਕੇਸਿਸ ਨੇ ਜਿਨ੍ਹਾਂ ਦੇ ਵਿੱਚ 302 ਧਾਰਾ ਦੇ ਤਹਿਤ ਪਰਚੇ ਦਰਜ ਹੋਏ ਨੇ। DGP ਸਾਹਿਬ ਵੱਲੋਂ ਸਿੱਟ ਬਣਾਈ ਗਈ ਇਹਦੇ ਵਿੱਚ, ADGP ਸਾਹਿਬ ਮੈਨੂੰ ਅਤੇ SSP ਸਾਹਿਬ ਨੂੰ। ਅਸੀਂ ਬਹੁਤ ਹੀ ਬਰੀਕੀ ਨਾਲ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਪ੍ਰੋਪਰ ਜਿਹੜੀ ਸਜ਼ਾ ਮਿਲ ਸਕੇ ਅਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਦੇ ਅੱਗੇ ਤੋਂ ਦੁਬਾਰਾ ਕੋਈ ਹਰਕਤ ਨਾ ਕਰੇ। ਇਸ ਤੋਂ ਸਿਵਾਏ ਜਿਹੜੇ ਪਹਿਲੇ ਲੋਕ, ਜਿਵੇਂ ਕਿ ਮੇਰੇ ਨੋਟਸ 'ਚ ਆਇਆ ਕਿ ਪਹਿਲਾਂ ਵੀ ਕਿਸੇ ਨੇ ਕੋਈ ਦਾਰੂ ਇੱਦਾਂ ਵੇਚੀ ਹੈ, ਉਹਨਾਂ ਦੇ ਕੇਸਾਂ ਦੀ ਵੀ ਅਸੀਂ ਪ੍ਰੋਪਰ ਪੜਤਾਲ ਕਰਾਂਗੇ ਕਿ ਉਹਨਾਂ ਦੇ ਵਿੱਚ ਕੀ ਹੋਇਆ ਔਰ ਕਿਸ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਹੈ ਔਰ ਉਹ ਆਦਮੀ ਹੁਣ ਕੀ ਕਰਦੇ ਨੇ। ਜੇਕਰ ਉਹ ਬੇਲ 'ਤੇ ਆ ਗਏ ਨੇ ਤਾਂ ਕੀ ਕਰਦੇ ਨੇ, ਕੀ ਉਹ ਇਸ ਧੰਦੇ ਦੇ ਵਿੱਚ ਦੁਬਾਰਾ ਤਾਂ ਨਹੀਂ ਜੁੜੇ ਹੋਏ, ਉਹਨਾਂ ਬਾਰੇ ਵੀ ਅਸੀਂ ਪ੍ਰੋਪਰ ਚੈੱਕ ਕਰਾਂਗੇ। ਇਸੇ ਤਰੀਕੇ ਹੀ DC ਸਾਹਿਬ ਅਤੇ SSP ਸਾਹਿਬ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਵੇਅਰਨੈਸ ਲਈ ਪਿੰਡ ਪਿੰਡ ਸ਼ਹਿਰ ਦੇ ਗਲੀ ਮੁਹੱਲਿਆਂ ਦੇ ਵਿੱਚ ਜਿਹੜੀ ਇਹ ਆਪਣੀ ਮੁਹਿੰਮ ਚਲਾਈ ਹੋਈ ਹੈ ਤਾਂ ਕਿ ਕੋਈ ਲੋਕ ਹੋਰ ਜਿਹੜੀ ਇਹ ਲਿਕਰ ਉਹ ਕੰਜ਼ਿਊਮ ਨਾ ਕਰਨ। ਇਹਦੇ 'ਚ ਸਾਡੀ ਬੇਨਤੀ ਵੀ ਹੋਇਆ ਪਬਲਿਕ ਨੂੰ ਥਰੂ ਮੀਡੀਆ ਵੀ ਜੇਕਰ ਕਿਸੇ ਨੇ ਕੰਜ਼ਿਊਮ ਕੀਤੀ ਹੈ ਤਾਂ ਉਹ ਡਿਲੇ ਨਾ ਕਰੇ, ਇਮੀਡੀਏਟਲੀ ਉਸ ਬੰਦੇ ਨੂੰ ਹੋਸਪਿਟਲ ਲੈ ਜਾਵੇ ਤਾਂ ਕਿ ਜਿਹੜਾ ਪ੍ਰੋਪਰ ਉਹਨਾਂ ਦਾ ਟ੍ਰੀਟਮੈਂਟ ਹੋ ਸਕੇ ਉਹਦੀ ਔਰ ਜਾਨ ਬਚ ਜਾਵੇ। ਹੁਣ ਤੱਕ 20 ਜਿਹੜੀਆਂ ਡੈਥ ਹੋ ਚੁੱਕੀਆਂ ਨੇ, 25 ਬੰਦੇ ਅਲੱਗ ਅਲੱਗ ਹੋਸਪਿਟਲਾਂ ਦੇ ਵਿੱਚ ਜਿਹੜੇ ਐਡਮਿਟ ਨੇ। ਪ੍ਰਸ਼ਾਸਨ ਪੂਰੀ ਉਹਨਾਂ 'ਤੇ ਨਿਗਰਾਨੀ ਰੱਖ ਰਿਹਾ ਹੈ, ਉਹਨਾਂ ਦੇ ਇਲਾਜ ਲਈ ਸੰਬੰਧਿਤ ਡਾਕਟਰ ਸਾਹਿਬਾਨਾਂ ਨਾਲ ਬਾਕੀ ਸਾਰੀਆਂ ਟੀਮਾਂ ਨਾਲ ਸਿਵਲ ਦੇ ਪੁਲਿਸ ਦੇ ਮੁਲਾਜ਼ਮ ਨਾਲ ਉੱਥੇ ਲਾਏ ਹੋਏ ਨੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ ਉੱਥੇ ਲਿਜਾ ਕੇ ਮਿਲਾਇਆ ਹੋਇਆ ਤਾਂ ਕਿ ਕੋਈ ਜਿਹੜੀ ਹੈ ਉਹਨਾਂ ਦੀ ਟ੍ਰੀਟਮੈਂਟ ਦੇ ਵਿੱਚ ਕਮੀ ਪੇਸ਼ੀ ਨਾ ਰਹੇ। ਥੈਂਕ ਯੂ ਸਰ। ਇਹਦੇ ਵਿੱਚ ਕੋਈ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਗਏ ਨੇ, ਕਿੰਨੇ ਕੀਤੇ ਗਏ ਨੇ, ਕਿੱਥੋਂ ਕੀਤੇ ਗਏ ਨੇ? ਪਟਿਆਲੇ ਜ਼ਿਲ੍ਹੇ ਦੇ 2 ਅਧਿਕਾਰੀ ਅਸੀਂ ਸਸਪੈਂਡ ਕੀਤੇ ਨੇ, ਜਿੱਥੇ ਕਿ ਬੰਦਾ ਉਸ ਏਰੀਏ ਦੇ ਵਿੱਚ ਛਤਰਾਣੇ ਏਰੀਏ ਦੇ ਵਿੱਚ ਆਪਣੀ ਇਹ ਘਰ ਦੇ ਵਿੱਚ ਦਾਰੂ ਬਣਾ ਰਿਹਾ ਸੀ ਅਤੇ ਉਹਨਾਂ ਦੀ ਜਿਹੜੀ ਅਸੀਂ SHO ਛਤਰਾਣਾ ਐਂਡ ਚੌਂਕੀ ਇੰਚਾਰਜ ਨੂੰ ਨਾਲ
ਸਸਪੈਂਡ ਕਰਤਾ ਤਾਂ ਅੱਗੇ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਉਹਨਾਂ ਨੂੰ ਇਨਕੁਆਇਰੀ ਕਰ ਰਿਹਾ। ਸਰ, ਇੱਕ ਪਿੰਡ ਗੁਜਰਾਂ ਤੋਂ ਇੱਕ ਲੜਕੀ ਸਾਹਮਣੇ ਆਈ ਆ, ਉਹਦਾ ਪਤੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ, ਤਾਂ ਉਹਨੇ ਕਿਹਾ ਵੀ ਸਾਡੇ ਵੱਲੋਂ ਕੋਈ ਦਾਰੂ ਨਹੀਂ ਵੇਚੀ ਜਾ ਰਹੀ ਸੀ, ਸਾਡੇ ਉੱਤੇ ਧੱਕੇ ਨਾਲ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ, ਉਹਦੇ ਵਿੱਚ ਕੀ ਤੁਸੀਂ ਜਾਂਚ ਕਰੋਗੇ ਉਸ ਨੂੰ? ਦੇਖੋ ਜੀ, ਜਿਹੜੀ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਫੇਰ ਹੋਏਗੀ। ਜੇਕਰ ਕੋਈ ਬੰਦਾ ਇਨੋਸੈਂਟ ਹੈ, ਇਹ ਨਹੀਂ ਵੀ ਐਡਾ ਵੱਡਾ ਜੁਰਮ ਹੈ ਉਹਦੇ ਵਿੱਚ ਉਹਨੂੰ ਕਿਤੇ ਕੋਈ ਇਨਵੋਲਵ ਕੀਤਾ ਜਾਊ, ਟੋਟਲੀ ਫੇਰ ਇਨਵੈਸਟੀਗੇਸ਼ਨ ਹੋਏਗੀ, ਔਨ ਮੈਰਿਟ ਹੋਏਗੀ, ਅਤੇ ਇਹਦੇ ਜਿਹੜਾ ਪੂਰਾ ਧਿਆਨ ਦੇਵਾਂਗੇ। ਦੇਖੋ ਜੀ, ਇਹ ਜਿਹੜੀਆਂ ਡਿਟੇਲ ਹੈ, ਜਿਵੇਂ ਜਿਵੇਂ ਬੋਕਸ ਇਹਨੇ 17 ਵੇਚੇ ਸੀ, ਉਹ 17 ਬੋਕਸ ਦੀ ਇਹ ਜਿੰਨੇ 10 ਅਕਿਊਜ਼ ਨੇ, 10 ਬੰਦੇ ਜਿਹੜੇ ਹੈਗੇ ਨੇ, ਇਹਨਾਂ ਨੂੰ ਅਲੱਗ ਅਲੱਗ ਤੌਰ 'ਤੇ ਜਿਹੜੀ ਦਿੱਤੀ ਗਈ ਸੀ, ਅਤੇ ਉਹ ਸਾਰੇ ਦੀ ਹੀ ਸਾਰੀ 10 ਤੋਂ ਜਦੋਂ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਦੇਖਿਆ ਤਾਂ ਉਹ ਕਾਊਂਟ ਫਾਰ ਹੋ ਗਏ ਨੇ। ਵੀ ਇੱਕ ਨੂੰ ਕੁਛ ਜਦੋਂ ਮੀਡੀਆ ਦੇ ਵਿੱਚ ਆ ਗਈ ਖਬਰ, ਲੋਕਾਂ ਨੂੰ ਪਤਾ ਲੱਗ ਗਿਆ, ਕੁਛ ਬੰਦਿਆਂ ਨੇ ਜਿਹੜੀ ਇਹਨਾਂ ਤੋਂ ਲਈ ਹੋਈ ਸੀ ਉਹਨੂੰ ਡਿਸਟਰੋਏ ਕਰਤਾ, ਅਤੇ ਕਈ ਇਹਨਾਂ ਨੇ ਜਿਹੜੇ ਅੱਗੇ ਵੇਚੇ ਸੀ ਉਹਨਾਂ ਦੀ ਜਿਹੜੀ ਲੈ ਕੇ ਲੋਕਾਂ ਨੇ ਉਹ ਕੰਜ਼ਿਊਮ ਕਰ ਲਈ, ਜਿਹਨਾਂ ਕਰਕੇ ਜਿਹੜੀ ਇੰਨੀ ਡੈਥ ਹੋਈ ਹੈ। ਕਿੰਨੀਆਂ ਮੌਤਾਂ ਹੋਈਆਂ ਅਤੇ ਕਿੰਨੇ ਜੇਰੇ ਇਲਾਜ ਚੱਲ ਰਹੇ? ਤੁਹਾਨੂੰ ਦੱਸਿਆ ਜੀ, ਇਹਦੇ 'ਚ 20 ਮੌਤਾਂ ਹੋ ਚੁੱਕੀਆਂ ਜੀ, 25 ਜਿਹੜੇ ਜੇਰੇ ਇਲਾਜ ਨੇ ਜੀ। ਉਹਨਾਂ ਦਾ ਕਿਉਂ ਨਹੀਂ ਹੋਈ ਜੀ? ਜਿਹੜੇ ਮੇਨ ਸਰਗਣੇ ਨੇ ਜੀ, ਦੇਖੋ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਮੇਨ ਸਰਗਣੇ ਨੇ ਅੱਗੋਂ ਜਿਹੜੇ ਜਿਹੜੇ ਉਹਨਾਂ ਤੋਂ ਬੋਕਸ ਲੈ ਕੇ ਗਾਂਹ ਸਪਲਾਈ ਕਰਦੇ ਸੀ ਉਹ ਸਾਰੇ ਫੜੇ ਗਏ। ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਇਸ ਵੇਲੇ ਸੰਗਰੂਰ ਦੇ ਵਿੱਚ 424 ਪਿੰਡਾਂ ਅਤੇ 10 ਅਰਬਨ ਲੋਕਲ ਬੋਡੀਜ਼ ਸਾਰੇ ਪਾਸੇ ਜਿਹੜੀ ਹੈਗੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਘਰ ਘਰ ਜਾ ਕੇ ਡੋਰ ਟੂ ਡੋਰ ਸਰਵੇ ਕਰ ਰਹੀ ਹੈ, ਅਤੇ ਨਾਲ ਹੀ ਇਹ ਟੀਮਾਂ ਜਿਹੜੀਆਂ ਹੈਗੀਆਂ ਆਮ ਇਜਲਾਸ ਕਰਕੇ 55 ਡਾਕਟਰਸ ਨਾਲ ਲੈ ਕੇ ਉੱਥੇ ਅਵੇਅਰਨੈਸ ਐਕਟੀਵਿਟੀ ਕਰ ਰਹੀ ਹੈ, ਅਤੇ ਲੋਕਾਂ ਨੂੰ ਦੱਸ ਰਹੀ ਕਿ ਅਰਲੀ ਸਿਮਟਮਸ ਕਿਸ ਤਰ੍ਹਾਂ ਦੇ ਹੋ ਸਕਦੇ ਹੈ ਅਤੇ ਕਿਸ ਤਰ੍ਹਾਂ ਦਾ ਉੱਥੇ ਆਪਣਾ ਐਕਸ਼ਨ ਲਈਏ, ਕਿਸ ਤਰ੍ਹਾਂ ਜਿਹੜੀ ਸਿਹਤ ਸੁਵਿਧਾਵਾਂ ਹੈਗੀਆਂ ਉਹਨੂੰ ਆਪਾਂ ਵਰਤੀਏ। ਨਾਲ ਹੀ ਜਿਹੜਾ ਹੈਗਾ 200 ਤੋਂ ਉੱਤੇ ਇੰਪਲੋਈਜ਼ ਇਸ ਵੇਲੇ ਇਸ ਕੰਮ 'ਤੇ ਲੱਗੇ ਹੋਏ ਹੈ। ਅੱਜ ਜਿਹੜਾ ਹੈਗਾ ਫੂਡ ਡਿਪਾਰਟਮੈਂਟ ਅਤੇ ਲੇਬਰ ਡਿਪਾਰਟਮੈਂਟ ਅੰਡਰ ਦੀ ਸੁਪਰਵਿਜ਼ਨ ਆਫ SDMs ਹਰ ਇੱਕ ਸ਼ੈਲਰ, ਹਰ ਇੱਕ ਆਪਣੇ ਭੱਟੇ ਸੈਨੀਟੇਸ਼ਨ ਵਰਕਰਾਂ ਨਾਲ ਇਹ ਵੀ ਮੀਟਿੰਗ ਕਰ ਰਹੇ ਹੈਗੇ, ਜਿਸ ਕਰਕੇ ਇਸ ਤਰ੍ਹਾਂ ਦੀ ਸ਼ਰਾਬ ਦੀ ਦੁਰਵਰਤੋਂ ਨਾ ਹੋਵੇ। ਇਸ ਵੇਲੇ 3 ਜਿਹੜੇ ਹੈਗੇ ਐਕਸਾਈਜ਼ ਆਫਿਸ ਅਤੇ ਐਕਸਾਈਜ਼ ਡਿਪਾਰਟਮੈਂਟ ਦੇ 3 ਇੰਸਪੈਕਟਰ ਸਸਪੈਂਡ ਕੀਤਾ ਜਾ ਚੁੱਕਿਆ, ਪ੍ਰਕਾਸ਼ ਸਿੰਘ, ਮੋਹਨ ਸਿੰਘ ਅਤੇ ਕਸ਼ਮੀਰੀ ਸਿੰਘ। ਇਸ ਤਰ੍ਹਾਂ ਨਾਲ ਹੀ AEC ਅਤੇ ETO 'ਤੇ ਵੀ ਸ਼ੋਕੋਜ਼ ਨੋਟਿਸ ਕੀਤਾ ਗਿਆ ਅਤੇ ਡਿਪਾਰਟਮੈਂਟਲ ਇੰਕੁਆਇਰੀਜ਼ ਚੱਲ ਰਹੀ ਹੈ।